vida शंकर को
ਭਗਵਾਨ ਦੇ ਕੋਲ ਹੀ ਬੈਠੀ ਹੈ, ਭਗਵਾਨ ਨੂੰ ਛੰਦ ਦੇ ਵਿੱਚ ਜਵਾ ਰਹੇ ਨੇ, ਛੰਦ ਪਰ ਅੱਗੇ ਆਈਏ ਜਾਈਏ ਛੰਦ ਪਰ ਅੱਗੇ ਬੀਤਾ, ਮੈਂ ਗੋਰਾ ਦਾ ਗੋਰਾ ਮੇਰੀ ਨਾਰਦਪੁਰੀ ਵਿੱਚੋਂ ਲਾ ਸਾਡਾ ਉਸਨੇ ਸਭ ਕੁਝ ਕੀਤਾ, ਬੋਲ ਸੀਤਾ ਦੀ ਮੈਂ ਜਾ ਕੀਤਾ ਤਾੜੀ ਮਾਰ ਕੇ ਮਿੱਠੀ ਮਿੱਠੀ ਸਾਡੇ ਸਮਝੇ ਕੀ ਅਗਰ ਨਹੀਂ ਤਾਂ ਸਾਹਮਣੇ ਕੀਰਤਨ ਕਰ ਰਹੇ ਉਹ ਸ਼ੇਰ ਬਾਲੜੀਏ ਮਾਂ ਤਾੜੀ ਮਾਰ ਚਿਮਟਾ ਫੜੋ ਚਿਮਟਾ ਹਾਂਜੀ ਭਗਤ ਜੀ ਹਾਂਜੀ ਭੈਣ ਜੀ ਸ਼ੇਰਾ ਬਾਲੜੀ ਮਾਂ ਪਹਾੜਾ ਬਾਲੜੀ ਮਾਂ ਤਾੜੀ ਮਿਲਣੀ ਉਹ ਸ਼ੇਰਾ ਬਾਲੜੀਏ ਮਾਂ ਪਹਾੜਾ ਬਾਲੜੀਏ ਮਾਂ Yeah.
बोलजी बरात बोलजी बरात Ah!
Thank you.
गरा पूरा खरीदा Yeah.
Thank you.
ਸਬਜ਼ੀਆਂ ਕਰਨ ਵਾਲੇ ਦਾ ਜੇ ਕਰਾ ਸਬਜ਼ੀਆਂ ਭੁੱਲਾਂ ਨੂੰ ਬਚਾਉਣ ਵਾਲੇ ਦਾ ਜੇ ਕਰਾ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਣ ਵਾਲੇ ਦਾ ਉਹ ਸਾਡੇ ਦਰਬਾਰ ਕੀ ਹੈ ਜੈ ਜੈ ਵੀਰ ਬਜਰੰਗੇ ਜੈ ਜੈ ਵੀਰ ਬਜਰੰਗੇ ਅੱਜ ਪੈਰਾਂ ਵਿੱਚ ਘੁੰਗਰੂ Thank you.
ਭੰਗੜਾ ਕੋਚ ਕੋਚ ਸਾਹਿਬ ਚਾਹੀਦੇ ਤਾਂ ਹੈਗੇ ਉਦੋਂ ਦੋ ਦੋ ਤਿੰਨ ਚਾਹੀਦੇ ਤਾਂ ਹੈਗੇ ਨਾਲ ਨਹੀਂ ਦੋ ਦੋ ਨਾਲ ਪਰੌਂਠੇ ਰੱਖੇ ਹੋਣ ਨਾ ਤੁਹਾਨੂੰ ਲੈਣਾ ਲੱਗੀ ਇੱਕ ਚ ਛੱਡਤੀ 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 ਭਾਈ ਛੱਡਤੀ ਗੁੱਟ ਵਿੱਕੀ ਦਾਲ ਪਾ ਯਾਰ ਕੀ ਕਰਦੇ ਪਏ ਨੇ ਅੱਛਾ
ਨਹੀਂ ਜਾਣ ਪਏ ਜਾਂਦੇ ਨੇ ਤੇ ਉਹ ਲੰਗਰ ਨਹੀਂ ਉੱਥੇ ਲੰਗਰ ਸੰਗਤ ਆਪਣੀ ਦਾ ਵੀ ਹਿਸਾਬ ਕਿਤਾਬ ਕੋਈ ਨਹੀਂ ਮੈਂ ਸਿੱਖਿਆ ਆਪੋ ਆਪਣਾ ਹੀ ਸਭ ਨੂੰ ਆਪੋ ਆਪਣਾ ਮਾ ਇਧਰ ਨੂੰ ਇਧਰ ਨੂੰ ਵਿੱਕੀ ਵੀਰ ਵਿੱਕੀ ਛੱਡ ਦੇ ਪੀਵਾਂਗੇ ਤੇ ਕਰਾਂਗੇ ਪਹਿਲਾਂ ਕਹਿੰਦਾ ਚੈੱਕ ਕਰਦੇ ਪਏ ਯਾਰ ਕਹਿੰਦੇ ਨੀ ਗਰਮਾ ਗਰਮ ਚਾਹ ਬਗੈਰ ਪਕੌੜਾ ਵਿਦਆਊਟ ਪਕੌੜਾ ਚਾਹ 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 ਪਾਣੀ 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 ਚਾਹ ਚਾਹ ਗਰਮ ਜੀ ਚਾਹ ਗਰਮ ਸ਼ਾਦਾ ਜੀ ਗਰਮ ਚਾਹ ਚੋਲ ਛੋਲੇ ਅੰਮ੍ਰਿਤਸਰੀ ਅੰਮ੍ਰਿਤਸਰੀ ਕਹੀਏ ਨਾ ਦੇਖ ਅੰਮ੍ਰਿਤਸਰੀ ਚੋਲ ਛੋਲੇ ਹੈਗੇ ਨੇ ਸੱਚੀ ਆਹੋ ਚੋਲ ਛੋਲੇ ਚੋਲ ਛੋਲੇ ਹੈਗੇ ਆਇਓ ਗਰਮ ਮੈਂ ਦੇਖ ਕੇ ਬਣਿਆ ਭੈਣ ਚ ਮੂੰਹ ਨਹੀਂ ਧੋਤਾ ਸਵੇਰ ਦਾ ਫਿਰ ਚੋਲ ਕਾਰ ਕੱਢ ਕੇ ਦੇਖਿਆ ਬਾਹਰ ਨੂੰ ਬਾਹਰ ਗਏ ਸ਼ੁਰੂ ਹੋ ਗਿਆ ਨਹੀਂ ਖਾਏਗਾ ਪਛਤਾਏਗਾ ਪਹਾੜ ਬੜੇ ਟੋਪ ਦਾ ਲਾਦੇ ਪਿੱਛੇ ਪੈਂਡਰਾ ਵੀ ਕੋਪੀ ਹੋਣੀ
ਕਿੱਦਾਂ ਕੋ ਲੰਗਰ ਜਾ ਕੇ ਚਾਹ ਬਰੋੜੇ ਚਾਹ ਬਰੋੜੇ ਚਾਹ ਬਰੋੜੇ ਚਾਹ ਬਰੋੜੇ ਚਾਹ ਬਰੋੜੇ ਚਾਹ ਬਰੋੜੇ ਢੋਲ ਵਾਲਾ ਚਾਹੀਦਾ ਢੋਲ ਚਿਹਰੇ ਕੋਈ ਮੈਂ ਕਿਸੇ ਨਾਲ ਗਲਾ ਢੋਲਕੀ ਚਾਹੀਦੀ ਨਾਲ ਢੋਲਕੀ ਬੰਦਾ ਬਸ ਬਸ ਢੋਲਕੀ ਸ਼ੈਣਾ ਬਣ ਕੇ ਸ਼ੈਣਾ ਹੈਗਾ ਸਹੀ ਗੱਲ ਚਿਮਟਾ ਸ਼ੈਣਾ ਤੇ ਟੱਲੀ ਵੀ ਚਾਹੀਦੀ ਹਾਂਜੀ ਹਾਂਜੀ ਆਪਣੇ ਭਰਾ ਨੂੰ ਖਵਾ ਤਾ ਆਪਣੇ ਸਿਰ ਰੋਣਾ ਨਹੀਂ ਖਾਣਾ ਯਾਰ ਰੁਕ ਜਾਓ ਪਰੌਂਠੇ ਤੁਹਾਡੇ ਲੱਗੇ ਪਰੌਂਠੇ ਆਉਣਗੇ ਉਹੀ ਗੱਲ ਲੈ ਦੱਸ ਉਹੀ ਗੱਲ ਤੁਸੀਂ ਖਾਈ ਜਾਂਦੇ ਮੈਂ ਕਹਿੰਦਾ ਆਪਣੇ ਬੰਦੇ ਚੌਲ ਖਾਈ ਜਾਂਦੇ ਯਾਰ ਬਿੱਲੇ ਮੈਂ ਕਿਹਾ ਯਾਰ ਤੁਹਾਡੇ ਲੱਗੇ ਪਰੌਂਠਾ ਲਿਆਉਂਦਾ ਤੁਸੀਂ ਚੌਲ ਖਾਈ ਜਾਂਦੇ ਯਾਰ ਦੱਸ ਮੇਰੀ ਬਣਾਉਣ ਲੱਗਾ ਮੈਂ ਪਹਿਲਾਂ ਉਹਦੀ ਬਣਾਉਂਦੇ ਆ ਸਾਈਡ ਨੂੰ ਕਰ ਲਿਆ ਨਾਲ ਹੀ ਲਾਈਵ ਨਹੀਂ ਲਾਉਣਾ ਲਾਈਵ ਲਾਇਆ ਕੀ ਕਰਨਾ ਬਾਅਦ ਵਿੱਚ ਹਾਂ ਇਹਦਾ ਲੈਟ ਮਾਰ ਗਾ ਲੈਟ ਮਾਰ ਲੈ ਇੱਧਰ ਸਿੰਗਲ ਕਹਿੰਦਾ ਚਾਰੋ ਚਲੋ ਚੱਲ
ਹਲਵਾਈ ਇੱਧਰ ਇੱਧਰ ਇੱਥੇ ਆ ਕੇ ਛੋਟੇ ਆਪਣੇ ਨਾਲ ਦੇ ਦੇ ਆ ਮੁੰਡਾ ਜੀ ਭਾਈ ਇਹ ਮੁੰਡੇ ਦੋ ਇਹ ਮੁੰਡਾ ਸੇਵਾਦਾਰ ਲੈ ਗਏ ਭਾਜੀ ਲੈ ਗਏ ਲੈ ਗਏ ਲੈ ਗਏ ਉੱਥੇ ਬੈਠ ਜਾ ਗੋ ਬੈਠ ਜਾ ਭਾਈ ਬੈਠ ਕੇ ਲਓ ਬੈਠ ਜਾਓ ਭਾਜੀ ਬੈਠ ਕੇ ਬੈਠ ਜਾਓ ਅੰਕਲ ਜੀ ਬੈਠੋ 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 ਬੈਠ ਜਾਓ ਭਾਜੀ ਬੈਠ ਜਾਓ ਬੈਠ ਕੇ ਲਓ ਆ ਜਾਓ ਭਾਜੀ ਬੈਠ ਕੇ ਲਓ ਚਲੋ ਠੀਕ ਹੈ ਜੀ ਅੱਗੇ ਆਓ ਜੀ ਅੱਗੇ ਆ ਜਾਓ ਅੰਕਲ ਜੀ ਆਜੋ ਜੀ ਬੈਠੋ ਭਾਜੀ ਬੈਠ ਜਾਓ ਦਿਨੇ ਰਾਤ ਬੈਠ ਕੇ ਭਾਜੀ ਬੈਠ ਕੇ ਬੈਠ ਜਾਓ ਡਰਾਈਵਰ ਸਾਹਿਬ ਬੈਠੋ ਹਾਂ ਬੈਠ ਕੇ ਹਾਂ ਇਹ ਸਾਡੇ ਨੇ ਕੋਚ ਸਾਹਿਬ ਜੀ ਭੰਗੜੇ ਦੇ ਕੋਚ ਇਹ ਟ੍ਰੇਨਿੰਗ ਦੇਣੇ ਆ ਸਾਡੇ ਇਹੀ ਕਮਾਲ ਕਰਨੇ ਆ ਆਓ ਭਾਜੀ ਆਓ ਕੇ ਆ ਜਾ ਭਾਜੀ ਜੀ ਪਰ ਆਪ ਰਿਓ ਬੈਠੋ ਭਾਜੀ ਬੈਠੋ ਬੈਠ ਜਾਓ ਜੇ ਕਰਾ ਪੁੜਾਰੀ ਦਾ ਬੋਲ ਸਾਚੇ ਦਰਬਾਰ ਕੀ ਜੈ ਬੈਠ ਕੇ ਹਾਂ ਨਾਲ ਬਰਾਜ ਕੱਚ ਕਰ ਨਹੀਂ ਨਹੀਂ ਇੱਧਰ ਨੂੰ ਕਰਕੇ ਇੱਧਰ ਨੂੰ ਇੱਧਰ ਉਹ ਇੱਧਰ ਨੂੰ ਕਰੋ ਤੁਸੀਂ ਮੂੰਹ ਭਾਜੀ ਦੋਵਾਂ ਦੀ ਕਿੱਦਾਂ ਬਣਾਵਾਂਗਾ ਹਾਂ ਨਾਲ ਬਿਲਾ ਕੱਚ ਕਰ ਵਾਲਾ ਕਿੱਦਾਂ ਲੱਗਦਾ ਬੋਲ ਸਾਚੇ ਦਰਬਾਰ ਕੀ ਜੈ ਚਲੋ ਬਹੁਤ ਸਾਚੇ ਦਰਬਾਰ ਕੀ ਜੈ ਇਹਨੇ ਬੈਗ ਸੁੱਟਿਆ ਸੀ ਲੜਿਆ ਜਿਹੜਾ ਬਣ ਗਈ
ਭਾਜੀ ਇੱਧਰ ਦੋ, ਇੱਧਰ ਦੋ ਆਂਟੀ ਜੀ, ਆਂਟੀ ਜੀ, ਆਂਟੀ ਇੱਧਰ ਫੜਾਓ ਪਹਿਲਾਂ ਆਹੋ ਭਾਈ ਸਾਹਮਣੇ ਹੋ ਗਲੋ ਨਾਲੇ ਉੱਧਰ ਨੂੰ ਸਾਹਮਣੇ ਹੋ ਇੱਧਰ ਨੂੰ ਮਾੜਾ ਜਿਹਾ ਭਾਜੀ ਲਾਗੇ, ਭਾਜੀ ਲਾਗੇ ਹੋ ਨਹੀਂ ਮੇਰਾ ਭਰਾ ਨਹੀਂ, ਨਹੀਂ ਮੇਰਾ ਭਰਾ ਭਾਜੀ ਲਾਗੇ ਬਹਿ ਮਾੜਾ ਜਿਹਾ ਹਾਂ ਭਾਜੀ ਜਕਾਰਾ ਤਾਂ ਬਣਦਾ ਇੱਕ ਉਦਾਹਰਣ ਦਾ ਆਹੋ ਜਵਾਰੀ 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 ਆਹ ਦੇਖੋ ਅੰਦਰ ਆਉਂਦੀ ਪਈ ਹੈ ਭੈਣ ਜਕਾਰਾ ਤਾਂ ਬੋਲੋ ਲਓ ਹੁਣ ਕੰਮ ਸਮਾਪਤ ਕਰਤਾ ਬਹੁਤ ਸੱਚੇ ਦਰਬਾਰ ਕੀ ਜਾ ਇਹ ਤਾਂ ਪਤਾ ਇਹ ਆਵਾਜ਼ ਲਓ ਤੁਸੀਂ ਬੜਾ ਜਗ੍ਹਾ ਬੋਲ ਸਾਚੇ ਦਰਬਾਰ ਬੋਲ ਸਾਚੇ ਦਰਬਾਰ ਕੀ ਬੋਲ ਸਾਚੇ ਦਰਬਾਰ ਕੀ ਆਏ ਸਾਡੀ ਬਹੁਤ ਖਤਰਨਾਕ ਗੈਂਗ ਅੱਛਾ ਜੀ ਇਹ ਅਪਰਾਧੀ ਬੰਦਾ ਜਿਹੜਾ ਡਿਸਪੋਜ਼ਲ ਰੱਖਦਾ ਠੀਕ ਹੈ ਚਾਹ ਗਿਰਕ ਦੇ ਵਿੱਚ 2500 ਰੁਪਇਆ ਜੁਰਮਾਨਾ ਇਹਨੂੰ ਹੋਣਾ ਚਾਹੀਦਾ ਜੇ ਆਪਾਂ ਨੂੰ ਰੇਟ ਇੰਨੇ ਕਰ ਲਾਂਗੇ ਜੇ ਇਹਨੇ 2500 ਰੁਪਏ ਨਹੀਂ ਦੇਣਾ ਬਾਕੀ ਪੈਸੇ ਮੋਟਰ ਦਾ ਬਾਕੀ ਪੈਸੇ ਮੋਟਰ ਦਾ ਕਿੱਦਾਂ ਲੱਗਦੀ ਠੀਕ ਲੱਗਦੀ ਹੈ ਸਹੀ ਹੈ ਪਿਆਰ ਦੇ ਨਾਲ ਲੱਗੇ ਪੰਜਾਬ ਵੀ ਲੱਗਾ ਦੋ ਐਡ ਤਾਂ ਲੱਗ ਠੀਕ ਆ ਗਿਆ ਨਹੀਂ ਦੋ ਦੇ
ਨਹੀਂ ਯਾਰ ਭਾਈ ਇੰਨੇ ਦਿਨ ਨਹੀਂ ਯਾਰ ਇੰਨੇ ਯਾਰ ਭਾਈ ਰੇਟ ਪੁੱਛ ਕੇ ਪੈਸੇ ਦੇ ਦਿਓ ਮਹਿੰਗੀ ਲੱਗੀ ਪਾਸ ਕਰ ਦਿਓ ਤੇਰੇ ਜੀ ਤੇਰਾ ਪੱਖਾ 34 ਨੰਬਰ ਦਾ ਜੀ 35 ਮੈਂ ਕਿੱਦਾਂ ਪਾ ਦਿਆਂ ਬਸ ਗੱਲ ਤੇ ਉਹ ਹਣਾ ਦਿਨ 36 ਕਿੱਦਾਂ ਆ ਦਿਆਂਗਾ ਇਹਨੂੰ ਕਹਿੰਦੇ ਨੇ 1,00,000 ਦੀ ਗੱਲ ਠੀਕ ਆ ਇਹ ਸਮਝਦੇ ਨਹੀਂ ਹੁਣ ਰਾਜਾ ਬੇਟਾ ਕਿੱਥੇ ਗਿਆ ਮੇਰਾ ਇੱਦਾਂ ਨਹੀਂ ਰਾਜਾ ਬੇਟਾ ਰਾਜਾ ਬੇਟਾ ਰਾਜਾ ਬੇਟਾ ਐਨਕ ਲੈਣ ਗਿਆ ਨਹੀਂ ਇੱਦਾਂ ਨਹੀਂ ਹੁੰਦਾ ਚੱਲ ਆ ਇੱਧਰ ਇੱਧਰ ਵੀ ਨਾ ਆਪਾਂ ਕੰਪਨੀ ਵੇਖੀ ਨਹੀਂ ਫੌਜ ਪੁੜੀ ਆ ਰਿਹਾ ਆਪਣੀ ਫੌਜ ਪੁੜੀ ਆ ਰਿਹਾ ਤੂੰ ਸਰਵਿਸ ਟਿਕ ਦੇ ਮੈਂ ਬਣਾਵਾਂ ਯਾਰ ਮੈਨੂੰ ਸੱਚੇ ਦਰਬਾਰ ਕੀ ਹੈ ਹੋਰ ਕਿਹੜੇ ਗੇੜ 'ਚ ਵੇਖ ਲਾ ਦੂਜੀ ਗੇੜ 'ਚ ਵੇਖ ਲਾ ਯਾਰ ਕਿਸੇ 'ਚ ਕਿਹੜੀ ਗੱਲੋਂ ਮੋੜਿਆ ਭਗਤਾਂ ਦਾ ਦਿਲ ਤੋੜਿਆ ਕਿਹੜੀ ਗੱਲੋਂ ਮੋੜਿਆ ਆਪਣਾ ਕਿਹੜਾ ਰੂਮ ਆਪਣਾ ਕਿਹੜਾ ਤੂੰ ਪੈਸੇ ਵੱਧ ਖਰਚਾ ਗਿਆ ਸਾਡੇ ਖਰਚਾਏ ਨਾਲ 100 ਰੁਪਏ ਕੱਟ ਦੇ ਗਿਆ ਨਹੀਂ ਦੋ ਲੈ ਕੇ
ਲੈ ਗਿਆ ਮੈਂ ਸਾਡਾ ਛੋਟਾ ਪਾ ਗਿਆ ਲਾ ਗਿਆ ਆਹ ਲਾ ਗਿਆ ਉਹਨੇ ਲਾ ਲਾ ਪਰਨੇ ਦੇ ਉੱਤੇ ਹੀਰਾ ਇਹਦਾ ਨਾਂ ਹੀਰਾ ਨਹੀਂ ਪਰ ਉਹਦਾ ਕੰਮ ਉਹਨੇ ਬੰਦਾ ਹੀਰਾ ਬਸ ਇਹਨੂੰ ਇੱਕ ਰਿਕੁਐਸਟ ਆ ਕਿ ਜਦੋਂ ਪਹਿਲੇ ਮੇਲੇ 'ਤੇ ਆਇਆ ਸੀ ਉਦੋਂ ਐਡਾ ਕੁ ਸੀ ਉਸ ਤੋਂ ਮੇਲੇ 'ਤੇ ਆਇਆ ਤਾਂ ਮੇਰੇ ਤੋਂ ਇੰਨਾ ਚਲ ਗਿਆ ਠੀਕ ਆ ਅਤੇ ਅਗਲੇ ਮੇਲੇ 'ਤੇ ਆਇਆ ਰਿਕੁਐਸਟ ਇਹ ਆ ਕਿ ਜੇ ਤਦ ਇਹਦਾ ਹੋਰ ਵੱਧ ਗਿਆ ਸਫਾਈ ਆਪਾਂ ਠੇਕਾ ਲੈ ਲੈਣਾ ਕਰਨਾ ਜਾਲੇ ਲਾਉਣ ਦਾ ਬਲਬ ਲਾਉਣ ਦਾ ਠੀਕ ਆ ਉਹ ਸਾਰਾ ਕੰਮ ਆਪਾਂ ਇੱਥੇ ਫਿਰਨਾ ਕਰਨਾ ਵਾ ਠੇਕਾ ਲੈਣਾ ਕਰਨਾ ਠੀਕ ਆ ਜੀ ਇਹ ਆਪਣੇ ਮੰਗੀ ਭਾਅ ਜੀ ਜੋ ਬਹੁਤ ਸ਼ਾਂਤ ਸੁਭਾਅ ਦੇ ਬੰਦੇ ਆ ਠੀਕ ਆ ਕੋਈ ਕੰਮ ਕਰੇ ਕੋਈ ਨਾ ਕਰੇ ਕੋਈ ਖਾਵੇ ਕੋਈ ਘੰਟੇ ਖੂਜ ਪਵੇ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆਪਣਾ ਇੰਜੋਏ ਕਰਦੇ ਆ ਮਸਤ ਰਹਿੰਦੇ ਆ ਸੇਵਾ ਕਰਦੇ ਆ ਖਾਂਦੇ ਪੀਂਦੇ ਮੈਸ਼ ਕਰਦੇ ਇਹ ਵੀਰ ਸਾਡਾ ਏ ਭਾਅ ਜੀ ਭਲਾਤੋ ਇਹ ਤਾਂ ਬਿਲਕੁਲ ਨਾ ਲੰਗਰ ਅਤੇ ਲੰਗਰ ਨੂੰ ਤਾਂ ਮਤਲਬ ਟੱਚ ਕਰਦਾ ਹੀ ਨਹੀਂ ਵਰਤ ਰਹਿੰਦਾ ਦਾ ਸੋਮਵਾਰ ਦਾ ਵਰਤ ਭੋਲੇ ਸ਼ੰਕਰ ਦਾ ਮੰਗਲਵਾਰ ਦਾ ਵਰਤ ਮਾਤਾ ਦਾ ਵਰਤ ਠੀਕ ਹੈ ਬਸ ਇਹਦੀ ਖੁਰਾਕ ਕਿੰਨੀ ਖੁਰਾਕ ਖੁਰਾਕ ਤੁਹਾਨੂੰ ਮਾੜਾ ਉਹ ਦੱਸਣਗੇ ਚਿੜੀ ਨਾ ਖਾਂਦੇ ਕਿੱਦਾਂ ਖਾਂਦੇ ਆ ਹਾਂਜੀ ਦੱਸੋ ਜੀ ਭਾਅ ਜੀ ਦੇਖੋ ਜੇ ਪੁੱਛਿਆ ਜਾਵੇ ਤਾਂ ਲੰਗਰ ਸਰੀਰ ਵਾਸਤੇ ਫਾਇਦੇਮੰਦ ਵੀ ਹੈ ਅਤੇ ਜ਼ਿਆਦਾ ਖਾਣਾ ਖਾਂਦੇ ਇਹਦੇ ਨਾਲ ਘੱਟ ਖਾਵਾਂਗੇ ਆਪਾਂ ਜਿੰਨਾ ਆਪਾਂ ਘੱਟ ਖਾਵਾਂਗੇ ਓਨਾ ਹੀ ਸਰੀਰ ਆਪਣਾ ਵਧੀਆ ਰਹੇਗਾ ਤੰਦਰੁਸਤ ਰਹੇਗਾ ਹੁਣ ਤੁਸੀਂ ਕਿੰਨਾ ਘੱਟ ਖਾਧਾ ਇਹ ਆਪਣੀ ਸੰਗਤਾਂ ਨੂੰ ਦੱਸੋ ਤੁਸੀਂ ਆਪਣਾ ਘੱਟ ਲੰਗਰ ਕਿੰਨਾ ਖਾਧਾ ਮਤਲਬ ਕਿੰਨਾ ਘੱਟ ਖਾਧਾ ਤੁਸੀਂ ਉਹ ਦੱਸੋ ਬਾਬੇ ਬਾਲਕ ਨਾਥ ਦਰਬਾਰ 'ਤੇ ਜਦੋਂ ਅਸੀਂ ਉਹਨਾਂ ਅਤੇ ਮੈਂ ਜਿੰਨੀਆਂ ਵੀ ਸੰਗਤਾਂ ਨੇ ਉੱਥੇ ਆਪਣੀ ਸ਼ਰਧਾ ਭਾਵਨਾ ਨਾਲ ਲੰਗਰ ਲਾਏ ਹੋਏ ਸੀ ਬਿਲਕੁਲ ਬਿਲਕੁਲ ਉਹਨਾਂ ਨੂੰ ਨਾ ਖੁਸ਼ ਨਹੀਂ ਕੀਤਾ ਨਾ ਖੁਸ਼ ਨਹੀਂ ਸਾਰਿਆਂ ਨੂੰ ਖੁਸ਼ ਕੀਤਾ ਉਹ ਕਿੱਦਾਂ ਖੁਸ਼ ਕੀਤਾ ਵੀ ਸੰਗਤਾਂ ਦੱਸੋ ਲੰਗਰਾਂ ਵਿੱਚੋਂ ਇੱਕ ਇੱਕ ਇਹ ਜਿਹੜਾ ਇੱਕ ਇੱਕ ਦਾਣਾ ਕਹਿ ਰਹੇ ਨਾ ਇਹ ਇੱਕ ਇੱਕ ਦਾਣਾ ਨਹੀਂ ਸੀਗਾ ਇੱਕ ਬੋਰੀ ਉਹ ਸੀਗਾ ਕਹਿਣ ਦਾ ਮਤਲਬ ਕਿ ਜ਼ਿਆਦਾ ਨਹੀਂ ਦੋ ਚਾਰ ਫੁਲਕੇ ਅਤੇ ਕੁਛ ਡੈਰੇ ਨਹੀਂ ਦਿਖਾਉਂਦੇ ਹਰ ਲੰਗਰ ਵਿੱਚੋਂ ਦੋ ਚਾਰ ਫੁਲਕੇ ਮਤਲਬ ਟੇਸਟ ਕਰਨ ਵਾਸਤੇ ਇਹਨਾਂ ਦਾ ਬਾਕੀ ਇਹਨਾਂ ਦਾ ਵਰਤਾ ਠੀਕ ਹੈ ਜੀ ਬਾਕੀ ਸ਼ਾਮ ਨੂੰ ਭਾਅ ਜੀ ਤੁਹਾਨੂੰ ਦੱਸਣਗੇ ਕਿ ਗੋਲੀਆਂ ਕਿਹੜੀਆਂ ਖਾਂਦੇ ਨੇ ਦੱਸੋ ਮਾੜਾ ਜੀ ਜੈਂਟਕ ਦੀਆਂ ਗੋਲੀਆਂ ਖਾਧੀਆਂ ਰਾਤੀ ਭਾਅ ਜੀ ਉਹਨਾਂ ਨੇ ਲੋਕ ਇੱਕ ਇੱਕ ਖਾਂਦੇ ਨਾ ਦੋ ਖਾਧੀਆਂ ਰਾਤੀ ਚਾਰ ਖਾਧੀਆਂ ਚਾਰ ਜੈਂਟਕ ਦੀਆਂ ਗੋਲੀਆਂ ਖਾਧੀਆਂ ਇਸ ਕਰਕੇ ਖਾਧੀਆਂ ਨੇ ਕਿਉਂਕਿ ਭੁੱਖੇ ਰਹਿੰਦੇ ਆ ਭੁੱਖੇ ਰਹਿ ਕੇ ਫਿਰ ਢਿੱਡ 'ਚ ਗੈਸ ਬਣ ਜਾਂਦੀ ਹੈ ਗੈਸ ਜਿਹੜੀ ਫਿਰ ਪ੍ਰੋਬਲਮ ਕਰਦੀ ਹੈ ਇਸ ਕਰਕੇ ਜੈਂਟਕ ਦੀਆਂ ਗੋਲੀਆਂ ਭਾਅ ਜੀ ਖਾਣੀਆਂ ਪਈਆਂ ਨੇ ਇਸ ਕਰਕੇ ਕਹਿੰਦੇ ਆ ਕਿ ਲੰਗਰ ਖਾਓ ਵੱਧ ਤੋਂ ਵੱਧ ਖਾਓ ਗੈਸ ਨੂੰ ਅਤੇ ਪੀੜ ਨੂੰ ਦਬਾਓ ਹਾਂ ਜਾ ਕੇ ਠੀਕ ਹੈ ਭਾਅ ਜੀ ਇੱਦਾਂ ਹੀ ਜੈ ਬਾਬੇ ਫੋਟੋ ਨਹੀਂ ਕਰ ਰਿਹਾ ਭਾਜੀ ਬਸ ਮੈਂ ਵੀਡੀਓ ਸਾਰੇ ਕੱਦੇ ਬਾਹਰ ਕਰਾਓ ਯਾਰ ਇੱਕ ਹੀ ਜਗ੍ਹਾ ਤੇ ਇਕੱਠੇ ਕਰਾਓ ਹੈਲੋ ਇੱਕ ਹੀ ਜਗ੍ਹਾ ਤੇ ਉੱਥੇ ਖੜੇ ਕਰਾਓ ਸਾਰੇ ਉੱਥੇ ਸਾਡਾ ਮੁੱਖ ਸੇਵਾਦਾਰ ਹੈ ਜੀ ਠੀਕ ਆ ਜੀ ਇਹ ਕੋਈ ਸਭ ਤੋਂ ਸਾਡੇ ਲੰਗਰ ਵਿੱਚੋਂ ਸਭ ਤੋਂ ਸ਼ੈਤਾਨ ਦੀ ਟੂਟੀ ਇਹ ਆ ਠੀਕ ਆ ਜੀ ਕਿਸੇ ਦੀ ਗਲਾਸੀ ਵਿੱਚ ਨਹੀਂ ਕਰਦੇ ਨੀ ਚੂੜੀ ਠੀਕ ਆ ਜੀ ਖਿਡੌਣੇ ਲੈਣੇ ਮਹਿੰਗੇ ਤੋਂ ਮਹਿੰਗੇ ਅਤੇ ਤੋੜਦੇ ਹਾਂ ਸਭ ਤੋਂ ਪਹਿਲਾਂ ਠੀਕ ਆ ਜੀ ਇਹ ਹੈਗਾ ਭੈਣ ਹੋਣਾ ਦਾ ਬੇਟਾ ਸਭ ਤੋਂ ਸ਼ਰਾਰਤੀ ਇਨਸਾਨ ਕਹਿਣ ਦਾ ਸ਼ਰਾਰਤ ਕਰਨ ਤੋਂ ਮੁੜਦਾ ਨਹੀਂ ਰੱਜ ਕੇ ਸ਼ਰਾਰਤ ਨੇ ਕਰਨੀ ਹੈ ਜਿੰਨੀ ਵੀ ਹੋ ਸਕਦੀ ਹੈ ਠੀਕ ਆ ਜੀ
ਬਾਕੀ ਤੁਹਾਨੂੰ ਆਪ ਦੱਸੇਗਾ, ਦੱਸੋ ਬੋਰਡ ਦੱਸੋ ਮਾਮੇ ਨੂੰ, ਦੱਸੋ ਜੱਬੂ ਵਾਲਾ ਨੇ ਜਿਹੜੇ ਪਿੱਛੇ ਸਾਡੇ ਤੁਸੀਂ ਦੇਖ ਰਹੇ ਹੋ ਜਿੱਥੇ ਅਸੀਂ ਬਹਿ ਰਹੇ ਸੀਗੇ ਸਰਾਂ ਸੀਟੀਜ਼ ਕਾਫੀ ਹੈਗੀਆਂ ਨੇ ਆਹ ਸਾਡਾ ਤੇਰਾ ਛੋਟਾ ਭਰਾ ਅੱਧ 'ਚ ਵੱਡਾ ਉਹਦਾ ਉਮਰ ਦਾ ਛੋਟਾ ਬਹੁਤ ਪਿਆਰਾ ਮੇਰਾ ਵੀਰ ਆਹ ਵੀ ਮੇਰਾ ਭਰਾ ਛੋਟਾ ਇਹ ਵੀ ਬਹੁਤ ਬਹੁਤ ਪਿਆਰੇ ਆ ਦੋਨੇ ਮੇਰੇ ਭਰਾ ਵੀ ਛੋਟੇ ਬਹੁਤ ਭੰਗੜਾ ਪਾ ਰਹੇ ਆ ਜੋ ਇਹ ਪੂਰਾ ਬਾਰਿਸ਼ ਪੈ ਰਹੀ ਹੈ ਬਾਰਿਸ਼ ਪੈ ਰਹੀ ਹੈ ਤੇ ਹੁਣ ਮੌਸਮ ਇੰਨਾ ਇੰਨਾ ਸੋਹਣਾ ਮੌਸਮ ਹੋਇਆ ਪਿਆ ਅੱਜ ਖੋਤ ਨਹੀਂ ਆ ਰਿਹਾ ਹੈ ਜਿੰਨੀ ਪੈਂਦਾ ਹੁੰਦਾ ਬਹੁਤ ਹੀ ਪਿਆਰਾ ਮੌਸਮ ਹੋਇਆ ਪਿਆ ਆਹ ਮੇਰੀ ਮਾਤਾ ਜੀ ਜੱਬੋਵਾਲ ਤੋਂ ਰਮਨ ਅਤੇ ਰਮਨ ਦੀ ਮੰਮੀ ਖੈਰ ਤੂੰ ਫੋਨ ਨਹੀਂ ਕਿਸੇ ਦਾ ਮੈਸੇਜ ਭੇਜਣਾ ਮੈਂ ਬਾਹਰ ਨੂੰ ਤੁਸੀਂ ਆਪਣੇ ਬੇਟੇ ਨੂੰ ਕੁਛ ਕਹਿਣਾ ਚਾਹੁੰਦੇ ਹੋ ਉਹ ਦੱਸੋ ਤੁਸੀਂ ਦੱਸੋ ਨਾ ਕਿ ਰਮਨ ਭਾਅ ਜੀ ਨੂੰ ਮੇਲਾ ਕਿੱਦਾਂ ਦਾ ਹੋਇਆ ਵਧੀਆ ਹੋਇਆ ਬਹੁਤ ਸੋਹਣਾ ਮੇਲਾ ਹੋਇਆ ਆਂਟੀ ਕਹਿ ਰਹੇ ਆ ਠੀਕ ਆ ਜੀ ਆਂਟੀ ਜੀ ਨੇ ਬਹੁਤ ਜ਼ਿੰਮੇਵਾਰੀ ਨਾਲ ਕੰਮ ਕੀਤਾ ਬਹੁਤ ਹੀ ਵਧੀਆ ਕੰਮ ਕੀਤਾ ਇਕੱਲੇ ਇਕੱਲੇ ਬੰਦੇ ਨੂੰ ਕਿੱਦਾਂ ਡੀਲ ਕਰਨਾ ਹੈ ਕੀ ਕਹਿਣਾ ਬਹੁਤ ਸੋਹਣਾ ਕੀਤਾ ਤੇ ਬਾਕੀ ਸ਼ਰਮੇ ਨੇ ਬਹੁਤ ਵਧੀਆ ਕੀਤਾ ਬਾਕੀ ਉਹ ਸਾਡੀ ਭੈਣ ਹੋਣੀ ਹੈ ਉਹ ਪਿੱਛੇ ਭੈਣ ਹੋਣੀ ਸਾਡੇ ਇਹ ਫੋਨ 'ਤੇ ਸਿਰਫ ਜਿੱਦਾਂ ਲਾਈਵ ਦਿਖਾ ਰਹੇ ਤੁਹਾਨੂੰ ਲਗਾਤਾਰ ਉਦਣ ਦਾ ਬਾਬਾ ਜੀ ਇਹ ਲਾਈਵ ਤੁਹਾਨੂੰ ਦਿਖਾ ਰਹੇ ਆ ਅਤੇ ਆਹ ਸਾਡਾ ਸ਼ਰਾਰਤੀ ਹਾਂ ਆਹ ਗੱਲ ਕਹੀਏ ਸਭ ਤੋਂ ਛੋਟਾ ਸਾਡਾ ਪਰ ਸ਼ਰਾਰਤੀ ਬਹੁਤ ਆ ਬਾਬਾ ਜੀ ਤੁਹਾਡਾ ਜੈ ਬਾਬੇ ਜੁਰਮਾਨਾ ਕਿੰਨਾ ਲੱਗੀ ਜੁਰਮਾਨਾ ਲਾ ਉਹ ਮੈਂ ਬਾਹਰ ਹੀ ਖੜਾ ਦੂਜਾ ਮਤਲਬ ਦੋ ਪਲੇਟਾਂ ਪਾਉਣ ਨੂੰ ਇਹਨਾਂ ਨੇ ਮੂੰਹ ਦੱਸਿਆ ਇਹ ਵੱਡੇ ਭਾਈ ਆਪਣੇ ਬਹੁਤ ਪਿਆਰ ਸਿਆਣਾ ਮੁੰਡਾ ਵੀ ਦੇਖੋ ਆਹ ਸਿਆਣਾ ਮੁੰਡਾ ਬਹੁਤ ਜ਼ਿਆਦਾ ਬਹੁਤ ਜੀ ਜ਼ਿਆਦਾ ਇਹ ਆਪਣੇ ਰਜੇਸ਼ ਭਾਈ ਦਾ ਬੇਟਾ ਬਹੁਤ ਪਿਆਰਾ ਹੈ ਕਿਊਟ ਬੱਚਾ ਭਰਾ ਛੋਟਾ ਆਪਣਾ ਜਿੱਥੇ ਕੁੜੀ ਦੇਖਦਾ ਉੱਥੇ ਪਹੁੰਚ ਜਾਂਦਾ ਅੱਛਾ ਜੀ ਮੌਸਮ ਹੋਇਆ ਪਿਆ ਇਸ ਟਾਈਮ ਬਾਰਿਸ਼ ਦਾ ਪੂਰਾ ਬਹੁਤ ਵਧੀਆ ਪਿਆਰਾ ਮੌਸਮ ਹੋਇਆ ਦੇ ਸਕਦੇ ਹਲਕੀ ਵਾਦੀਆਂ ਦੇ ਮਜ਼ੇ ਲੈ ਰਹੇ ਵਾਦੀਆਂ ਦੇ ਮਜ਼ੇ ਲੈ ਰਹੇ ਹਾਂ ਅਤੇ ਹਲਕੀ ਹਲਕੀ ਵੀ ਦੇ ਸਕਦੇ ਪਿੱਛੇ ਬੱਦਲ ਹੋਇਆ ਆਪਣੇ ਬਾਰਿਸ਼ ਪੈ ਰਹੀ ਹੈ ਹਲਕੀ ਹਲਕੀ ਬਾਰਿਸ਼ ਪੈ ਰਹੀ ਹੈ ਸ਼ੋਪਿੰਗ ਖਤਮ ਨਹੀਂ ਹੋਈ ਸੰਭਾਵਨਾ ਹੈਗੀ ਹੈ ਕਿ ਸ਼ਾਇਦ ਹੋਰ ਤੇਜ਼ ਬਾਰਿਸ਼ ਹੋਵੇ ਅਤੇ ਨੈੱਟ 'ਤੇ ਵੇਖ ਦੱਸ ਦਿੰਦਾ ਨੂੰ ਨਹੀਂ ਨਹੀਂ ਨੈੱਟ 'ਤੇ ਵੇਖ ਕੇ ਕੀ ਦੱਸਣਾ ਆਪਾਂ ਬਸ ਕਹਿ ਰਹੇ ਹਾਂ ਕਿ ਮਤਲਬ ਕਿਰਪਾਲ ਤਰਪੂਰ ਪਾਉਣ ਦਾ ਆ ਜਿਹੜਾ ਲੰਗਰ ਲਾਇਆ ਹੈਗਾ ਪਿੱਛੇ ਤੁਸੀਂ ਦੇਖ ਰਹੇ ਹੋ ਰਸਤਾ ਸਿਲੰਡਰ ਖਾਲੀ ਹੈਗੇ ਆ ਵੈਸੇ ਲੰਗਰ ਜੀ ਜੋ ਲਾਇਆ ਹੈਗਾ ਉੱਚੋ ਕੋਈ ਸਮਾਨ ਡਿਸਪੋਜ਼ਲ ਵਗੈਰਾ ਬਸੇ ਪਏ ਜੋ ਉਹ ਵਾਪਸੀ ਜਾ ਰਹੇ ਆ ਬਾਕੀ ਤੁਹਾਡੇ ਨਾਲ ਜੁੜੇ ਰਹਾਂਗੇ ਸਾਰਿਆਂ ਨਾਲ ਸਮਾਨ ਘੱਟ ਜ਼ਿਆਦਾ ਭੱਜ ਗਿਆ ਨਾ ਇਹ ਹੈਗਾ ਭਾਅ ਜੀ ਉਹਨਾਂ ਦਾ ਬੇਟਾ ਕਿਹੜੇ ਭਾਅ ਜੀ ਦਾ ਬਹੁਤ ਕਿਉਂ ਸ਼ਰਾਰਤੀ ਬਹੁਤ ਆ ਭੱਜਣਾ ਬੰਨੀ ਹੋ ਪਰਸਨੈਲਿਟੀ ਬੰਦਾ ਹੈ ਪਰਸਨੈਲਿਟੀ ਪਰਸਨੈਲਿਟੀ ਮੁੰਡਾ ਛੋਟਾ ਜੋਜੋ ਹਣੀ ਸਿੰਘ ਬਹੁਤ ਪਿਆਰੇ ਭਰਾ ਨੇ ਆਪਣੇ ਥੋੜ੍ਹੇ ਲੇਟ ਹੋ ਗਏ ਆ ਇਹ ਕੱਲ੍ਹ ਸਵੇਰੇ ਕੱਲ੍ਹ ਸਵੇਰੇ ਆਏ ਆ ਨਹੀਂ ਤਾਂ ਹਰ ਵਾਰੀ ਸਾਡੇ ਨਾਲ ਹੀ ਹੋ ਗਏ ਚਲੋ ਹਾਜ਼ਰੀ ਲਾਈ ਜੈ ਬਾਬੇ
ਇਹ ਸਾਡੀ ਸਰਾਂ ਜਿੱਥੇ ਅਸੀਂ ਤਿੰਨ ਦਿਨ ਰਹਾਂਗੇ। ਗਰੀਬਾਂ ਦੇ ਪਰੋਜ
ਸਿੱਧੂ ਮੂਸੇ ਵਾਲਾ ਨੀ ਦੂਜਾ ਆਲਰਾਊਂਡਰ ਜਿਹੜਾ ਨਵਾਂ ਬੰਦਾ ਸਾਡਾ ਪਲਾਟ ਵਾਲਾ ਸਭ ਤੋਂ ਜ਼ਿਆਦਾ ਭਲਾਤੋ ਪੰਜਾਬੀ ਭਾਜੀ ਹੈ ਮੀਨਾ ਆਪਣਾ ਯਾਰ ਭਲਾਤੋ ਗੋਲਡੀ ਤੁਸੀਂ ਸਾਰੇ ਜਾਣਦੇ ਗੋਲਡੀ ਆਏ ਬਥੇਰੇ ਚੱਲਦੇ ਆ ਮਤਲਬ ਘੁੰਮਦੇ ਫਿਰਦੇ ਆ ਇੰਜੋਏ ਕਰਦੇ ਆ ਸਿੱਧੇ ਨਜ਼ਾਰੇ ਲੈ ਆਪਣੀ ਆਪਣੀ ਗੱਲਾਂ 'ਚ ਰੋਜ਼ ਚੁੱਕੇ ਨੇ ਬੰਦੇ ਆਪਣੇ ਸਿੰਗਲ ਦੀ ਇੱਕ ਭੇਟ ਹੋ ਜਾਵੇ ਦੇਖੋ ਬੰਦੇ ਆਪਣੇ ਦਾਨ ਜੀ ਆਪਣੇ ਇਹ ਨਹੀਂ ਪਿੰਡਾਲੇ ਬੰਦੇ ਸਾਡੇ ਹਾਂਜੀ ਲੈ ਕੇ ਉਹ ਭਾਬੀ ਦਾ ਨਾਂ ਹੈ ਕਿ ਮਿੱਠੂ ਮਿੱਠੂ ਮੀਆਂ ਭਰਾ ਯਾਰ ਕੀ ਲੈਣਾ ਭਾਰਾ ਲੈ ਕੇ ਲੈਣਾ ਚਾਹੀਦਾ ਇਹਨੂੰ ਕੀ ਲੈਣਾ ਗੋਲ ਘੜਾ ਲੈ ਜਾਂ ਵਧੀਆ ਬਣਾ ਲੈ ਉੱਪਰ ਦੇ ਇਹਦਾ ਗੋਲ ਕਿੰਨੇ ਦੀ ਗੋਲ ਜਿਹਾ ਘੜਾ ਦੇ 100 ਰੁਪਏ 200 ਰੁਪਏ ਕਿੰਨੇ ਦੀ ਭਾਈ ਮਾੜਾ ਆਹ ਜਿਹੜਾ ਪਿਆਰੇ ਘੜੇ ਆ ਫਿਰ ਜਾਣ ਬੜੀ ਚਾਰੋ ਤਰਫ ਹੈ
ਮੇਰਾ ਤਸਵਰ ਚਾਰੋ ਤਰਫ ਹੈ ਤਪੱਸਿਆ ਤੂਣੇ ਦੀ ਬੰਦਗੀ ਸਿੱਧ ਚੱਲੇ ਮਾਲਾ ਤੂਣਾ ਲੱਗੇ ਪਿਆਰਾ ਸਿੱਧ ਦੇਵੀ ਆਣ ਸਹਾਰਾ ਤੂਣੇ ਤੋਂ ਆਵੇ ਨਾ ਹਾਰ ਸਾਡਾ ਬੇੜਾ ਕਰਨਾ ਪਾਰ ਤੂਣੇ ਵਾਲੀ ਸਰਕਾਰ ਗੁਫਾ ਵਾਲੀ ਸਰਕਾਰ ਤੂਣੇ ਵਾਲੀ ਸਰਕਾਰ ਜਾਵੋ ਸਭ ਦੀਆਂ ਝੋਲੀਆਂ ਭਰ ਕੇ ਜਾਵੋ ਸਭ ਦੀਆਂ ਝੋਲੀਆਂ ਭਰ